ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਗੀ ਤਾਂ ਤੁਸੀਂ ਬਹੁਤ ਤਰ੍ਹਾਂ ਦੀ ਖਾਧੀ ਹੋਊਗੀ ਜੀ, ਪਰ ਅੱਜ ਆਪਾਂ ਬਣਾਵਾਂਗੇ ਮੈਗੀ ਦੇ ਪਕੌੜੇ ਅਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ। ਬਾਕੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਜਾਂ ਬੱਚਿਆਂ ਵਾਸਤੇ ਬਣਾਉਣੇ ਜੀ, ਬੱਚਿਆਂ ਦੇ ਟੇਸਟ ਦੇ ਹਿਸਾਬ ਨਾਲ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਅਤੇ ਇੰਸਟੈਂਟ ਬਣ ਕੇ ਤਿਆਰ ਹੋ ਜਾਂਦੇ ਬਿਲਕੁਲ 4-5 ਮਿੰਟਾਂ ਦੇ ਵਿੱਚ। ਚਲੋ ਜੀ ਫਿਰ ਰੈਸਪੀ ਬਣਾਉਣੀ ਸਟਾਰਟ ਕਰਦੇ ਹਾਂ। ਉਸ ਤੋਂ ਪਹਿਲਾਂ ਜੇਕਰ ਤੁਸੀਂ ਇਹ ਵਾਲੀ ਵੀਡੀਓ ਸਾਡੀ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਵਾਈਟ ਬਟਨ ਨੂੰ ਪ੍ਰੈਸ ਕਰਕੇ ਸਬਸਕ੍ਰਾਈਬ ਕਰ ਲਓ। ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਅਤੇ ਇੱਥੇ ਜੀ ਆਪਾਂ ਮੈਗੀ ਲੈਤੀ ਹੈ। ਮੈਗੀ ਦਾ ਨਾ ਇੱਕ ਪੈਕਟ ਨਾਲ ਵੀ ਪਕੌੜੇ ਆ ਜਿਹੜੇ ਵਧੀਆ ਕੁਆਂਟਿਟੀ 'ਚ ਬਣ ਕੇ ਤਿਆਰ ਹੋ ਜਾਂਦੇ ਆ, ਪਰ ਆਪਾਂ 2 ਪੈਕਟ ਯੂਜ਼ ਕਰਾਂਗੇ। ਅਤੇ 1 ਪੈਕਟ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਤੁਸੀਂ ਕਿੰਨਾ ਕੁ ਪਾਣੀ ਪਾ ਕੇ ਜਿਹੜਾ ਇਹਨੂੰ ਉਬਾਲਣਾ। ਇਹਦੇ ਵਿੱਚ ਨਾ ਜਿਹੜਾ ਮਸਾਲਾ ਹੁੰਦਾ ਹੈਗਾ ਉਹ ਵੀ ਆਪਾਂ ਵਰਤਾਂਗੇ। ਪਹਿਲਾਂ ਆਪਾਂ ਮੈਗੀ ਨੂੰ ਹੈ ਨਾ ਜਿਹੜਾ ਇਹਦੇ ਉੱਪਰ ਤਾਂ ਲਿਖਿਆ ਹੁੰਦਾ ਜ਼ਿਆਦਾ ਪਾਣੀ ਲਿਖਿਆ ਹੁੰਦਾ, 190 ml ਲਿਖਿਆ 1 ਪੈਕ ਦੇ ਹਿਸਾਬ ਨਾਲ, ਪਰ ਆਪਾਂ ਇੰਨਾ ਪਾਣੀ ਨਹੀਂ ਪਾਵਾਂਗੇ ਕਿਉਂਕਿ ਆਪਾਂ ਮੈਗੀ ਨੂੰ ਹੈ ਜਿਹੜਾ ਜ਼ਿਆਦਾ ਨਹੀਂ ਪਕਾਉਣਾ, ਸਿਰਫ 80% ਕੁੱਕ ਕਰਨਾ ਹੈ। ਇਹ ਪਕੌੜੇ ਵਧੀਆ ਨਹੀਂ ਬਣਨੇ। ਅਤੇ 1 ਇਹ ਮਸਾਲੇ ਦਾ ਪੈਕੇਟ ਇਹਦੇ ਨਾਲ ਪਾਵਾਂਗੇ। ਅਤੇ ਇਹਦੇ ਵਿੱਚ ਨਾ ਜਿਹੜੀ ਆਹ ਕੌਲੀ ਹੈ ਇਹ 1/2 ਕੌਲੀ ਪਾਣੀ ਦੀ ਪਾਵਾਂਗੇ ਇੱਕ ਦੇ ਵਿੱਚ। ਪਤੀਲੀ ਦੇ ਵਿੱਚ ਨਾ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਪਾਣੀ। ਆਪਾਂ 2 ਪੈਕਟ ਬਣਾ ਰਹੇ ਹਾਂ, ਉਸ ਹਿਸਾਬ ਨਾਲ ਆਪਾਂ 1 ਕੌਲੀ ਭਰ ਕੇ ਪਾ ਦਿਆਂਗੇ, 1 ਪੈਕਟ ਦੇ ਹਿਸਾਬ ਨਾਲ 1/2 ਕੌਲੀ। ਅਤੇ ਇਹਦੇ 'ਚ ਪਾ ਦਿਆਂਗੇ ਆਪਾਂ ਦੋਨੋਂ ਮੈਗੀਆਂ ਆਪਣੀਆਂ 2 ਪੈਕਟ। ਇਹ ਛੋਟੇ 10-10 ਰੁਪਏ ਵਾਲੇ ਪੈਕਟ ਆ ਜਿਹੜੇ ਮੈਂ ਵਰਤ ਰਹੀ ਹਾਂ। ਹੁਣ ਇਹਦੇ ਵਿੱਚ ਇਹ ਮਸਾਲੇ ਦੀ 1 ਪੁੜੀ ਪਾ ਦਿਆਂਗੇ, ਬਾਕੀ ਤੁਸੀਂ ਆਪਣੇ ਫਲੇਵਰ ਦੇ ਹਿਸਾਬ ਨਾਲ 2 ਪੁੜੀਆਂ ਵੀ ਐਡ ਕਰ ਲਿਓ। ਇਹਨੂੰ ਪੱਕਣ ਦੇਵਾਂਗੇ, ਜ਼ਿਆਦਾ ਪਾਣੀ ਬਿਲਕੁਲ ਵੀ ਨਹੀਂ, ਹੁਣ ਆਪਣੇ ਆਪ ਕੁੱਕ ਹੋ ਜੂਗੀ ਜੀ ਇੰਨੇ ਕੁ ਪਾਣੀ 'ਚ। ਅਤੇ ਮੈਗੀ ਦੇਖੋ ਜੀ ਬਸ ਪੱਕ ਚੁੱਕੀ ਹੈ, ਇੰਨੀ ਕੁ ਪੱਕ ਚੁੱਕੀ ਹੈ, ਪਰ ਆਪੇ 'ਚ ਪਾਣੀ ਜਿਹੜਾ ਸਾਰਾ ਮਚਾਵਾਂਗੇ। ਹਜੇ ਇਹ ਥੋੜ੍ਹੀ ਜਿਹੀ ਨਾ ਨਰਮ ਨਹੀਂ ਹੋਈ ਹੋਣੀ, ਟ੍ਰਾਂਸਪੇਰੈਂਟ ਜੀ ਹੋਊਗੀ ਨਾ ਹਲਕੀ, ਜਦੋਂ ਨਰਮ ਤਾਂ ਹੋਊਗੀ। ਉਚਾਈ ਦੇ ਤਾਂ ਆਪਾਂ ਨੂੰ ਇੰਨੀ ਕੀ ਹੈ ਬਸ, ਪਰ ਪਾਣੀ ਆਪਾਂ ਮਚਾ ਦੇਵਾਂਗੇ ਥੋੜ੍ਹਾ ਜਿਹਾ ਜੀ, ਆਪਾਂ ਨੂੰ ਲੱਗ ਰਿਹਾ ਵੀ ਡਰਾਈ ਜੀ ਕਰ ਲਾਂਗੇ ਹੁਣ, ਬਾਕੀ ਪੱਕ ਹੀ ਗਈ ਆ ਹੁਣ ਤਾਂ। ਬੱਚੇ ਤਾਂ ਜੀ ਐਂ ਖਾ ਕੇ ਰਾਜੀ ਹੁੰਦੇ ਆ ਵੀ ਸੌਸ ਨਾਲ, ਦੇਖੋ ਵਧੀਆ ਪੱਕ ਗਈ। ਪਰ ਆਪਾਂ ਪਕੌੜੇ ਬਣਾ ਕੇ ਦੇਵਾਂਗੇ ਬੱਚਿਆਂ ਨੂੰ, ਇਹ ਵੀ ਪਕੌੜੇ ਬਹੁਤ ਟੇਸਟੀ ਬਣਦੇ ਅਤੇ ਸਬਜ਼ੀਆਂ ਵੀ ਕਈ ਪਾ ਦੇਵਾਂਗੇ ਆਪਾਂ। ਬਿਲਕੁਲ ਸਾਰਾ ਪਾਣੀ ਸੁੱਕ ਗਿਆ ਅਤੇ ਬਿਲਕੁਲ ਉਨੇ ਪਾਣੀ 'ਚ ਬਣ ਕੇ ਤਿਆਰ ਹੋਊਗੀ ਜਿੰਨਾ ਕੁ ਆਪਾਂ ਪਾਇਆ ਸੀ। ਅਤੇ ਇੰਨਾ ਕੁ ਅਦਰਕ ਦਾ ਟੁਕੜਾ ਜੀ ਮੇਰੇ ਕੋਲ, ਫਲੇਵਰ ਦੇ ਹਿਸਾਬ ਨਾਲ ਤੁਸੀਂ ਨਾ ਲਸਣ ਵੀ ਪਾ ਸਕਦੇ ਹੋ, ਯਾਨੀ ਕਿ ਲਸਣ ਅਦਰਕ ਦਾ ਪੇਸਟ ਆਪਾਂ ਕੱਦੂਕਸ ਕਰਕੇ ਪੇਸਟ ਬਣਾ ਲਾਂਗੇ। ਅਤੇ ਮੈਂ ਅਦਰਕ ਦਾ ਹੀ ਪੇਸਟ ਪਾਊਂਗੀ ਇਕੱਲਾ। ਇਸ ਤਰੀਕੇ ਨਾਲ ਬਰੀਕ ਪੇਸਟ ਬਣ ਕੇ ਤਿਆਰ ਹੋ ਗਿਆ। ਆਪਾਂ ਨਾ ਧਨੀਆ ਚੀਰਾਂਗੇ ਜੀ, ਇੱਥੇ ਤਾਂ ਧਨੀਆ ਨਾ ਬਹੁਤ ਸਾਰਾ ਪਾਵਾਂਗੇ, ਵੈਸੇ ਵੀ ਧਨੀਆ ਤਾਂ ਚੰਗਾ ਹੀ ਹੁੰਦਾ ਹੈਲਥ ਨੂੰ। ਅਤੇ ਹਰੀਆਂ ਸਬਜ਼ੀਆਂ ਜਿੰਨਾ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਪਕੌੜਿਆਂ 'ਚ ਐਡ ਕਰਾਂਗੇ ਆਪਾਂ, ਪਰ ਮੈਂ ਤਾਂ ਧਨੀਆ ਬਰੀਕ ਬਰੀਕ ਕੱਟ ਕੇ ਪਾਊਂਗੀ। ਇੱਕ ਮੀਡੀਅਮ ਸਾਈਜ਼ ਦਾ ਆਪਾਂ ਪਿਆਜ਼ ਚੀਰਾਂਗੇ, ਪਿਆਜ਼ ਨੂੰ ਵੀ ਆਪਾਂ ਬਿਲਕੁਲ ਬਰੀਕ ਚੀਰਾਂਗੇ, ਤੁਸੀਂ ਚੌਪ ਵੀ ਕਰ ਸਕਦੇ ਹੋ ਚੌਪਰ 'ਚ। ਅਤੇ ਪਿਆਜ਼ ਦੇ ਨਾ ਇਸ ਤਰੀਕੇ ਨਾਲ ਆਪਾਂ ਬਰੀਕ ਸਲਾਈਸ ਕਰਾਂਗੇ, ਸਲਾਈਸ ਵਧੀਆ ਲੱਗਣਗੇ ਪਕੌੜਿਆਂ 'ਚ, ਟੈਕਸਚਰ ਵੀ ਵਧੀਆ ਆਊਗਾ ਪਕੌੜਿਆਂ ਦਾ, ਬਿਲਕੁ�ਲ ਬਰੀਕ। ਬਾਅਦ ਵਿੱਚ ਅਲੱਗ ਕਰਕੇ ਐਵੇਂ ਥੋੜ੍ਹੇ ਜਿਹੇ ਲੱਛੇ ਕੱਢ ਲਾਂਗੇ। ਆਹ ਆਪਾਂ ਕੱਟ ਦੇਵਾਂਗੇ ਜਿਹੜੀ ਪਿਆਜ਼ ਦੀ ਜੜ ਹੈ ਨਾ, ਕੱਟ ਦੇਵਾਂਗੇ। ਅਤੇ ਇਸ ਤਰੀਕੇ ਨਾਲ ਪਿਆਜ਼ ਆਪਣੇ ਕੋਲ ਬਰੀਕ ਬਰੀਕ ਲੱਛਿਆਂ ਵਾਲਾ ਤਿਆਰ ਹੋ ਜੂਗਾ, ਬਹੁਤ ਵਧੀਆ ਲੱਗਦਾ ਇਹ ਪਕੌੜਿਆਂ 'ਚ। ਅਤੇ ਮੈਗੀ ਵੀ ਠੰਡੀ ਹੋ ਗਈ ਹੈ ਜੀ, ਹਲਕੀ ਜੀ ਗਰਮ ਹੈ ਵੈਸੇ, ਚਲ ਆਪਾਂ ਅਲੱਗ ਬਰਤਨ 'ਚ ਕੱਢ ਲੈਂਦੇ ਹਾਂ। ਅਤੇ ਮੈਗੀ ਹਲਕੀ ਜੀ ਠੰਡੀ ਹੋ ਗਈ, ਅਤੇ ਹੁਣ ਆਪਾਂ ਇਹਦੇ ਵਿੱਚ ਇਹ ਪਿਆਜ਼ ਸ਼ਾਮਿਲ ਕਰ ਦਿਆਂਗੇ ਜਿਹੜਾ ਬਰੀਕ ਲੱਛਿਆਂ ਵਾਲਾ ਕੱਟਿਆ ਸੀ। ਇਹਦੇ ਵਿੱਚ ਆਪਾਂ ਇਹ ਅਦਰਕ ਦਾ ਪੇਸਟ ਪਾਵਾਂਗੇ, ਅਤੇ ਇਹ ਆਪਾਂ ਬਰੀਕ ਕੱਟਿਆ ਹਰਾ ਧਨੀਆ ਪਾ ਦੇਵਾਂਗੇ। ਇੱਥੇ ਤੁਸੀਂ ਆਪਦੀ ਪਸੰਦ ਦੀਆਂ ਸਬਜ਼ੀਆਂ ਜਿਵੇਂ ਕਿ ਪੱਤਾ ਗੋਭੀ, ਗਾਜਰ, ਸ਼ਿਮਲਾ ਮਿਰਚ, ਪਾਲਕ, ਇਸ ਤਰ੍ਹਾਂ ਦੀਆਂ ਸਾਰੀਆਂ ਸਬਜ਼ੀਆਂ ਮਿਕਸ ਕਰ ਸਕਦੇ ਹੋ, ਪਾ ਸਕਦੇ ਹੋ ਜਿਹੜੀਆਂ ਵੀ ਘਰ ਹੈਗੀਆਂ ਨੇ। ਸੁੱਕਾ ਧਨੀਆ ਆਪਾਂ ਕ੍ਰੱਸ਼ ਕਰ ਲਿਆ, ਇਹਦੇ ਨਾਲ ਫਲੇਵਰ ਅਲੱਗ ਆਊਗਾ, ਅਤੇ ਜਿਹੜਾ ਹਰਾ ਧਨੀਆ ਉਹਦਾ ਅਲੱਗ ਫਲੇਵਰ ਆਊਗਾ, ਇਹ ਵੀ ਆਪਾਂ ਪਾਵਾਂਗੇ। ਥੋੜ੍ਹੀ ਜਿਹੀ ਅਜਵੈਣ ਪਾਵਾਂਗੇ ਆਪਾਂ, ਅਜਵੈਣ ਵੀ ਜਦੋਂ ਵੀ ਤੁਸੀਂ ਪਰੌਂਠੇ ਜਾਂ ਪਕੌੜੇ ਬਣਾਉਣੇ ਨਾ ਜ਼ਰੂਰ ਪਾਇਆ ਕਰੋ, ਇਹਦੇ ਨਾਲ ਪੇਟ ਵੀ ਵਧੀਆ ਰਹਿੰਦਾ ਅਤੇ ਵੈਸੇ ਵੀ ਹਾਜ਼ਮੇ ਲਈ ਸਹੀ ਹੁੰਦੀ ਹੈ।
ਫਲੇਵਰ ਹਿਸਾਬ ਨਾਲ ਨਮਕ ਪਾਵਾਂਗੇ। ਹੁਣ ਇੱਥੇ ਇਹ ਧਿਆਨ ਰੱਖਾਂਗੇ ਆਪਾਂ ਵੀ ਜਿਹੜਾ ਆਪਾਂ ਮੈਗੀ ਵਾਲਾ ਮਸਾਲਾ ਪਾਇਆ ਨਾ ਉਹਦੇ 'ਚ ਵੀ ਨਮਕ ਹੁੰਦਾ, ਇਸ ਕਰਕੇ ਆਪਾਂ ਬਾਹਲਾ ਨਮਕ ਨਹੀਂ ਪਾਵਾਂਗੇ। ਮਿਰਚ ਮੈਂ ਇੱਥੇ ਲਾਲ ਹੀ ਪਾਵਾਂਗੀ, ਅਤੇ ਇਹ ਨਾ ਕਸ਼ਮੀਰੀ ਲਾਲ ਮਿਰਚ ਹੈ, ਜ਼ਿਆਦਾ ਕੌੜੀ ਨਹੀਂ ਹੁੰਦੀ, ਸਿਰਫ ਇਹਦਾ ਕਲਰ ਹੀ ਹੁੰਦਾ ਅਤੇ ਮੈਂ ਹਰੀਆਂ ਨਹੀਂ ਪਾਈਆਂ। ਅਤੇ ਹੁਣ ਬੇਸਣ ਪਾਵਾਂਗੇ ਆਪਾਂ, ਬੇਸਣ ਦੇ 4 ਚਮਚ ਭਰ ਕੇ ਪਾਵਾਂਗੇ ਆਪਾਂ, ਪੂਰੇ 4 ਹੀ ਹੋਣਗੇ ਇਹ ਚਮਚ। ਦੋ ਚਮਚ ਆਪਾਂ ਸੂਜੀ ਦੇ ਪਾ ਦਿਆਂਗੇ ਇਹਨਾਂ ਨੂੰ ਵਧੀਆ ਜਿਹੜੇ ਕ੍ਰਿਸਪੀ ਕਰਨ ਵਾਸਤੇ। ਇੱਥੇ ਤੁਸੀਂ ਚੌਲਾਂ ਦਾ ਆਟਾ ਵੀ ਵਰਤ ਸਕਦੇ ਹੋ ਜੇ ਸੂਜੀ ਹੈ ਨਹੀਂ ਤਾਂ। ਸਾਰਾ ਸਮਾਨ ਆਪਣਾ ਜਿਹੜਾ ਪਕੌੜਿਆਂ ਵਾਸਤੇ ਤਿਆਰ ਹੋ ਗਿਆ ਜੀ। ਹੁਣ ਆਪਾਂ ਨਾ ਹਲਕੇ ਹੱਥਾਂ ਨਾਲ ਮਿਕਸ ਕਰਾਂਗੇ, ਅਤੇ ਆਪਾਂ ਮੈਗੀ ਨੂੰ ਨਾ ਮੈਸ਼ ਨਹੀਂ ਕਰਨਾ ਵੀ ਬਿਲਕੁਲ, ਜਿਵੇਂ ਆਪਾਂ ਆਲੂਆਂ ਦਾ ਪੇਸਟ ਬਣਾਉਂਦੇ ਹਾਂ ਉਸ ਤਰੀਕੇ ਨਾਲ ਵੀ ਮੈਗੀ ਮੈਸ਼ ਹੋ ਜੇ, ਥੋੜ੍ਹਾ ਡਰਾਈ ਡਰਾਈ ਲੱਗ ਰਿਹਾ ਹੈ। ਆਪਾਂ ਇਹਦੇ ਵਿੱਚ 2 ਕੁ ਚਮਚ ਪਾਣੀ ਦੇ ਪਾਵਾਂਗੇ, 1-2 ਚਮਚ ਜਿੰਨੀ ਕੁ ਜ਼ਰੂਰਤ ਹੋਈ, ਜ਼ਿਆਦਾ ਪਾਣੀ ਨਹੀਂ ਪਾਵਾਂਗੇ। ਬਿਲਕੁਲ ਥੋੜ੍ਹਾ ਜਿਹਾ ਪਾਣੀ ਮੈਂ ਛਿੜਕ ਲੂੰਗੀ ਉੱਪਰ ਦੇ ਨੂੰ, ਮਿਕਸ ਕਰ ਲੂੰਗੀ। ਬਾਕੀ ਨੂੰ ਕਿਸੇ ਖੁੱਲ੍ਹੇ ਬਰਤਨ ਦੇ ਵਿੱਚ ਮਿਕਸ ਕਰ ਲਿਓ, ਆਸਾਨੀ ਹੋ ਜਾਂਦੀ ਹੈ ਮਿਕਸ ਕਰਨ ਨੂੰ। ਅਤੇ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਜੀ ਇਸ ਤਰੀਕੇ ਨਾਲ, ਪਿਆਜ਼ ਵੀ ਮਿਕਸ ਹੋ ਗਏ ਵਿੱਚ, ਅਤੇ ਪਕੌੜਿਆਂ ਲਈ ਇਹ ਬਣ ਚੁੱਕਿਆ। ਬਾਕੀ ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਪਤਲਾ ਕਰਨਾ ਚਾਹੁੰਦੇ ਹੋ ਤਾਂ ਪਾਣੀ ਹੋਰ ਪਾ ਸਕਦੇ ਹੋ। ਅਤੇ ਕੜਾਹੀ ਹੋ ਗਈ ਜੀ ਗਰਮ, ਅਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਤੇਲ, ਅਤੇ ਆਪਾਂ ਸਰ੍ਹੋਂ ਦੇ ਤੇਲ 'ਚ ਪਕੌੜੇ ਬਣਾਵਾਂਗੇ। ਤੁਸੀਂ ਕਿਸੇ ਵੀ ਘਿਓ 'ਚ ਤੇਲ 'ਚ ਬਣਾ ਸਕਦੇ ਹੋ, ਰਿਫਾਇੰਡ 'ਚ ਬਣਾ ਸਕਦੇ ਹੋ। ਗਰਮ ਹੋਣ ਦੇਵਾਂਗੇ ਤੇਲ ਨੂੰ, ਮੀਡੀਅਮ ਫਲੇਮ 'ਤੇ, ਜ਼ਿਆਦਾ ਗਰਮ ਨਹੀਂ ਕਰਾਂਗੇ। ਅਤੇ ਤੇਲ ਹੋ ਗਿਆ ਜੀ ਗਰਮ, ਅਤੇ ਆਪਾਂ ਨਾ ਪਾਣੀ ਵਾਲੇ ਹੱਥਾਂ ਨਾਲ ਇਸ ਤਰੀਕੇ ਨਾਲ ਜਿੰਨੇ ਜਿੰਨੇ ਸਾਈਜ਼ ਦੇ ਪਕੌੜੇ ਬਣਾਉਣੇ ਆ, ਆਪਾਂ ਗਰਮ ਤੇਲ ਦੇ ਵਿੱਚ ਪਕੌੜੇ ਛੱਡਾਂਗੇ। ਤੁਸੀਂ ਇਹਨੂੰ ਕਿਸੇ ਵੀ ਸ਼ੇਪ ਦੇ ਬਣਾ ਸਕਦੇ ਹੋ, ਭਾਵੇਂ ਤੁਸੀਂ ਇਸ ਤਰੀਕੇ ਨਾਲ ਐਵੇਂ ਬਣਾ ਲਿਓ, ਬਸ ਮਿਕਸਚਰ ਐਵੇਂ ਛੱਡ ਦਿਓ ਵਿੱਚ ਤੇਲ ਦੇ, ਚਾਹੇ ਗੋਲ ਬਣਾ ਲਿਓ, ਚਾਹੇ ਸਿਕਿਓਰ ਵੀ ਬਣਾ ਸਕਦੇ ਹੋ, ਜਾਂ ਫਿਰ ਜਿਵੇਂ ਟਿੱਕੀ ਬਣਾਉਣੇ ਹੁੰਦੇ ਆਪਾਂ ਉਸ ਤਰੀਕੇ ਨਾਲ ਵੀ ਬਣਾ ਸਕਦੇ ਹੋ। ਬਾਕੀ ਇਹਦਾ ਇਹ ਵੀ ਸੌਖਾ ਨਾ, ਇਹ ਪਕੌੜਿਆਂ ਦਾ ਵੀ ਮੰਨ ਕੇ ਚੱਲੋ, ਕਿਸੇ ਨੇ ਪਿਆਜ਼ ਨਹੀਂ ਖਾਣੇ ਜਾਂ ਕੋਈ ਸਬਜ਼ੀ, ਤਾਂ ਤੁਸੀਂ ਉਨੇ ਕੁ ਪਿਆਜ਼ ਇਹਦੇ ਵਿੱਚ ਮਿਕਸ ਕਰ ਸਕਦੇ ਹੋ, ਉਸ ਹਿਸਾਬ ਨਾਲ ਬਣਾ ਸਕਦੇ ਹੋ। ਅਤੇ ਆਪਾਂ ਜਿੰਨੀ ਕੁ ਕੜਾਹੀ ਦੇ ਵਿੱਚ ਸਪੇਸ ਹੈ ਨਾ, ਉਨੇ ਕੁ ਪਕੌੜੇ ਛੱਡਾਂਗੇ। ਅਤੇ ਇੰਨਾ ਕੁ ਗਰਮ ਤੇਲ ਹੋਣਾ ਚਾਹੀਦਾ ਇਸ ਤਰੀਕੇ ਨਾਲ, ਦੇਖੋ ਹਲਕੇ ਹਲਕੇ ਬਬਲਸ ਬਣ ਰਹੇ ਹਨ, ਮੀਡੀਅਮ ਜਿਹੀ ਫਲੇਮ 'ਤੇ ਮੈਂ ਗਰਮ ਕੀਤਾ ਤੇਲ, ਅਤੇ ਆਪਣੇ ਆਪ ਇਹ ਕੜਾਹੀ ਨੂੰ ਛੱਡ ਦੇਣਗੇ ਜਦੋਂ ਮਤਲਬ ਪੱਕ ਗਏ। ਥੋੜ੍ਹੇ ਟਾਈਮ ਬਾਅਦ ਜਦੋਂ ਇਹ ਪੱਕ ਗਏ ਨਾ, ਦੇਖੋ ਆਪਾਂ ਇਹਦੀ ਸਾਈਡ ਚੇਂਜ ਕਰ ਦਿਆਂਗੇ, ਅਤੇ ਦੂਜੀ ਸਾਈਡ 'ਤੇ ਵੀ ਪੱਕ ਜਾਣਗੇ। ਕਿੰਨੇ ਵਧੀਆ ਬਣ ਰਹੇ ਆ ਦੇਖੋ, ਕਲਰ ਜਦੋਂ ਬਿਲਕੁਲ ਗੋਲਡਨ ਆ ਗਿਆ ਨਾ ਇਹਨਾਂ ਦਾ, ਉਦੋਂ ਤੱਕ ਪਕਾਵਾਂਗੇ ਆਪਾਂ ਇਹਨਾਂ ਨੂੰ। ਇਸ ਤਰੀਕੇ ਨਾਲ ਪਕੌੜੇ ਪੱਕ ਰਹੇ ਆ ਜੀ, ਹਲਕੇ ਹਲਕੇ ਗੋਲਡਨ ਹੋ ਰਹੇ ਆ, ਅਤੇ ਆਪਾਂ ਨਾ ਮੱਠੀ ਮੱਠੀ ਅੱਗ ਰੱਖਾਂਗੇ ਮੀਡੀਅਮ ਜੀ, ਅਤੇ ਤੇਲ ਆਪਣਾ ਮੀਡੀਅਮ ਗਰਮ ਹੋਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਪਕੌੜੇ ਨੂੰ ਤੇਲ ਦੇ ਵਿੱਚ ਛੱਡ ਦਿੰਦੇ ਹਾਂ ਨਾ, ਤਾਂ ਜਿਹੜਾ ਚਿਹਰਾ ਜਿਹੜਾ ਤੇਲ ਦਾ ਉਹ ਡਾਊਨ ਹੋ ਜਾਂਦਾ, ਘੱਟ ਜਾਂਦਾ, ਤੇਲ ਠੰਡਾ ਹੋ ਜਾਂਦਾ, ਇਸ ਕਰਕੇ ਜਿਹੜਾ ਤੇਲ ਨੂੰ ਆਪਾਂ ਮੀਡੀਅਮ ਜਿਹਾ ਗਰਮ ਤਾਂ ਰੱਖਣਾ, ਜ਼ਿਆਦਾ ਘੱਟ ਗਰਮ ਨਾ ਹੋਵੇ। ਜਦੋਂ ਵਧੀਆ ਗੋਲਡਨ ਹੋਵੇ ਬਸ ਉਦੋਂ ਆਪਾਂ ਇਹਨਾਂ ਨੂੰ ਕੱਢ ਲਾਂਗੇ, ਸਾਈਡਾਂ ਪਲਟਦੇ ਹੋਏ ਪਕਾਈ ਚੱਲਾਂਗੇ। ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ, ਅਤੇ ਟੇਸਟ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਅਤੇ ਪਕੌੜੇ ਦੇਖੋ ਜੀ ਆਪਣੇ ਬਣ ਗਏ ਆ, ਬਿਲਕੁਲ ਇਸ ਤਰ੍ਹਾਂ ਦੇ ਗੋਲਡਨ ਹੋ ਗਏ ਆ, ਅਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ, ਗਰਮ ਗਰਮ ਨੂੰ ਸਰਵ ਕਰਾਂਗੇ। ਅਤੇ ਅੱਗ ਤੁਸੀਂ ਦੇਖ ਸਕਦੇ ਜੀ ਚੁੱਲ੍ਹੇ 'ਚ ਨਾ ਆਪਾਂ ਇੰਨੀ ਕੁ ਰੱਖਾਂਗੇ, ਕਿਉਂਕਿ ਚੁੱਲ੍ਹੇ ਦੀ ਇੰਨੀ ਅੱਗ ਹੀ ਮੀਡੀਅਮ ਹੁੰਦੀ ਹੈ, ਗੈਸ 'ਤੇ ਜੇ ਤੁਸੀਂ ਬਣਾਓਗੇ ਨਾ ਤਾਂ ਇਹਨਾਂ ਨੂੰ ਮੀਡੀਅਮ ਅੱਗ 'ਤੇ ਬਣਾਇਓ, ਵੀ ਤੇਲ ਦਾ ਜਿਹੜਾ ਮਤਲਬ ਸੇਕ ਆ ਨਾ ਇੱਕੋ ਤਰ੍ਹਾਂ ਦਾ ਹੋਵੇ, ਕਿਉਂਕਿ ਜੇ ਤੁਸੀਂ ਫਲੇਮ ਘੱਟ ਕਰ ਦਿਓਗੇ ਤਾਂ ਘੱਟ ਫਲੇਮ 'ਤੇ ਕਿਸੇ ਵੀ ਤਰ੍ਹਾਂ ਦੇ ਪਕੌੜੇ ਬਣਾਉਣੇ, ਪਕੌੜੇ ਜਿਹੜਾ ਤੇਲ ਵਾਲਾ ਪੀਂਦੇ ਆ, ਫਿਰ ਉਹ ਤੇਲ ਵਾਲੇ ਜ਼ਿਆਦਾ ਪਕੌੜੇ ਬਣ ਜਾਂਦੇ ਆ, ਅਤੇ ਤੇਲ ਵੀ ਜ਼ਿਆਦਾ ਲੱਗਦਾ।
देखो जी किन्ने क्रिस्पी बन के तैयार हुए सारे पकौड़े, किन्ने वधिया बन के तैयार हुए है। तो तुसीं जिहड़ा इहनू टमैटो कैचअप दे नाल जां चाह दे नाल भी सर्व करोगे ना बहुत स्वाद लगनगे। गर्मा गर्म नू बना के इंजॉय जरूर करियो इस रैसपी नू। तुहानू टेस्ट करके भी दस्सदे आं वी किन्ने टेस्टी बने आ इह। टेस्ट है जी, टेस्ट भी तो पूछो ना तुसीं, टेस्ट बहुत ज़्यादा वधिया है। जिहड़े आपां जिवें सुखा धनिया पाया उहदा अलग फ्लेवर आ रहा है, जिहड़ा हरा धनिया पाया, प्याज, सारियां चीज़ां दा अलग फ्लेवर आउंदा है। तो विचों नरम बहुत बने आ, उपरों क्रिस्पी बने, बहुत ज़्यादा टेस्टी बने। मैं तुहानूं हुण कहूँगी भी हुणे जाके रसोई दे विच जिहड़ा तुसीं बनाओ तो जरूर ट्राई करो। बाद विच कमेंट बॉक्स दे विच साडे नाल जरूर शेयर करो कि तुसीं इह बनाए तां किन्ने टेस्टी बने, क्योंकि टेस्टी दे बहुत बनण वाले आ। जेकर तुहानूं वीडियो वधिया लगी तो इसनूं लाइक शेयर जरूर कर दिओ जी, ते चैनल नूं जरूर सबसक्राइब कर लिओ। ਕਿਵੇਂ ਬਣੇ ਹਰ ਪੂਰੇ ਜਮੀ ਬਣੇ? ਤੇ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।